ਕਿਰਤ ਵੇਰਤ ਮਨ ਧਰਮ ਸੱਚ ਦ੍ਰਿੜਾਇਆ ਸੱਚ ਦ੍ਰਿੜਾਇਆ ਕਿਰਤ ਵੇਰਤ ਹੋਰ ਵੇਖੀ ਜੀ ਸਾਂਝ ਚ ਲਿਆ ਵਾ ਖਬਰੇ ਪਤਾ ਨਹੀਂ ਕਿਹੜਾ ਗੁਣ ਕਿੱਥੋਂ ਕੋਈ ਚੁੱਕ ਲੈਂਦਾ ਇੱਕ ਤਾਂ ਇਹ ਤਾਂ ਮਾਇਆ ਦਾ ਸੀ ਨਾ ਕਿ ਦਸਵੰਦ ਆਪਾਂ ਕੱਢਿਆ ਤੇ ਦਸਵੰਦ ਦੀ ਹੋਮੇ ਨਾ ਆ ਜਾਏ ਇੱਕ ਸਾਧ ਸੰਗਤ ਜਿਹੜਾ ਅੱਜ ਵਿਸ਼ਾ ਤੁਰ ਰਿਹਾ ਦਸਵੰਦ ਦਾ ਦੂਸਰਾ ਭਾਗ ਸਮੇਂ ਦਾ ਦਸਵੰਦ ਕਈ ਵਾਰੀ ਗੁਰੂ ਨਾਨਕ ਨੇ ਆਪਣੇ ਬਖਸ਼ਿਸ਼ ਦੇ ਖਾਤੇ ਵਿੱਚੋਂ ਮੈਂ ਫਿਰ ਬੋਲਦੇ ਹਾਂ ਬਖਸ਼ਿਸ਼ ਦੇ ਖਾਤੇ ਵਿੱਚੋਂ ਤੁਹਾਨੂੰ ਸੇਵਾ ਚ ਲਾ ਦਿੱਤਾ ਧਿਆਨ ਦੇਣਾ ਆਪਣੇ ਬਖਸ਼ਿਸ਼ ਦੇ ਖਾਤੇ ਚੋਂ ਤੁਹਾਨੂੰ ਸੇਵਾ ਚ ਲਾ ਦਿੱਤਾ ਦੱਸ ਕਈ ਵਾਰੀ ਆਪਣੇ ਟਰਸਟੀਆਂ ਨੂੰ ਕਹਿੰਦਾ ਮੈਂ ਕਹਿੰਦਾ ਭਾਗਾਂ ਨੂੰ ਸਲਾਹੋ ਭਾਗਾਂ ਨੂੰ ਸਲਾਹੋ ਗੁਰੂ ਨਾਨਕ ਨੇ ਤੁਹਾਨੂੰ ਸਿਲੈਕਟ ਕੀਤਾ ਰੁਲਦੀ ਪਈ ਹੈ ਦੁਨੀਆ ਗੁਰੂ ਨਾਨਕ ਨੇ ਤੁਹਾਨੂੰ ਸਿਲੈਕਟ ਕੀਤਾ ਆ ਮੇਰਾ ਬੱਚਾ ਮੈਂ ਸਿਲੈਕਟ ਕਰਦਾ ਜਾਂ ਮੇਰੇ ਬੱਚਿਆ ਕਰ ਸੇਵਾ ਆਖੋ ਸਤਨਾਮ ਨਹੀਂ ਤਾਂ ਕਰੋੜੋਂ ਦੁਨੀਆ ਫਿਰਦੀ ਜਿਹਨੂੰ ਮਰਜ਼ੀ ਜਿਹੜੇ ਕੰਮ ਦੇ ਵਿੱਚ ਸੇਵਾ ਸਤਿਗੁਰ ਲਾ ਦੇਣ ਸਿਰ ਤੇ ਹੱਥ ਹੀ ਰੱਖਣਾ ਹੈ ਨਾ ਬੰਦਾ ਕਾਇਮ ਇਹ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖੰਨੇ ਵਾਲੇ ਮਹਾਂਪੁਰਖ ਇਹ ਕਿਹਾ ਕਰਦੇ ਸਨ ਕਹਿੰਦੇ ਜਦੋਂ ਗੁਰੂ ਨਾਨਕ ਦੀ ਦਿਆਲਤਾ ਹੁੰਦੀ ਬਾਜਾਂ ਵਾਲੇ ਦੀ ਦਿਆਲਤਾ ਹੁੰਦੀ ਨਾ ਬਸ ਇੱਥੋਂ ਸਮਝ ਲਿਓ ਕਿ ਮੇਰੇ ਤੇ ਦਿਆਲਤਾ ਹੈ ਕਿ ਨਹੀਂ ਕਹਿੰਦੇ ਜੇ ਹੈ ਉਹਨੇ ਬਾਜਾਂ ਵਾਲੇ ਨੇ ਗੁਰੂ ਨਾਨਕ ਨੇ ਆਪਣੇ ਦਰ ਘਰ ਦੀ ਸੇਵਾ ਤੈਨੂੰ ਦੇ ਦਿੱਤੀ ਹੋਏਗੀ ਆਪੋ ਸਤਨਾਮ ਕਿਸੇ ਨਾ ਕਿਸੇ ਸੇਵਾ ਦੇ ਨਾਲ ਤੈਨੂੰ ਗੰਢ ਦਿੱਤਾ ਹੋਏਗਾ ਤੇ ਜੇ ਆਈ ਹੋਈ ਸੇਵਾ ਚਲੀ ਗਈ ਸਮਝ ਲਈ ਮਾਲਕ ਦੀ ਪਿੱਠ ਹੋਈ ਵੀ ਆਖੋ ਸਤਨਾਮ ਉਹ ਸਮਝ ਲਈ ਮਾਲਕ ਨੇ ਦਿਆਲਤਾ ਵਾਪਸ ਲੈ ਲਈ ਜੇ ਬਖਸ਼ਿਸ਼ ਦੇ ਖਾਤੇ ਖੋਲਤੇ ਮੇਰੇ ਗੁਰੂ ਨਾਨਕ ਦੇ ਔਰ ਸੇਵਾ ਚ ਲੱਗ ਕਦੇ ਕੀਤੀ ਸੇਵਾ ਦਾ ਮਾਣ ਨਾ ਕਰਿਓ ਕਦੇ ਕੀਤੀ ਸੇਵਾ ਦਾ ਮਾਣ ਨਾ ਦੇਖੋ ਸਵਾਸਾਂ ਦਾ ਦਸਵੰਦ ਢਾਈ ਘੰਟੇ ਬਣਦਾ ਹੈ ਜੀ ਨਾਮ ਜਪ ਕੇ ਵੀ ਦੇਣਾ ਸੇਵਾ ਕਰਕੇ ਵੀ ਦੇਣਾ ਗੁਰਦੁਆਰੇ ਕੋਲੇ ਮਾਂਜ ਰਹੇ ਹੋ ਜੋੜੇ ਖਾਨੇ ਚ ਖੜੇ ਹੋ ਦਰੀਆਂ ਝਾੜ ਰਹੇ ਹੋ ਬਾਣੀ ਪੜ੍ਹਦਿਆਂ ਨੂੰ ਸੇਵਾ ਕਰ ਰਹੇ ਹੋ ਹੋਰ ਚਾਰ ਪੰਜ ਛੇ ਸਰੀਰ ਸੇਵਾ ਕਰ ਰਹੇ ਨੇ ਕਈ ਵਾਰੀ ਹੁੰਦਾ ਸੇਵਾ ਕਰਦਿਆਂ ਨੂੰ ਬੰਦੇ ਗੱਲਾਂ ਮਾਰੀ ਜਾਂਦੇ ਹੱਸਦੇ ਪਏ ਨੇ ਕੋਈ ਚੁਟਕਲੇ ਸੁਣਾ ਰਿਹਾ ਕੋਈ ਇੱਦਾਂ ਜੀ ਉਹ ਨਾਲ ਸੇਵਾ ਵੀ ਕੋਈ ਸੇਵਾ ਹੈ ਉਹ ਕੋਈ ਸੇਵਾ ਜੇ ਅੱਠ ਦਸ ਬੰਦਿਆਂ ਦਾ ਗਰੁੱਪ ਲੱਗਾ ਸੇਵਾ ਕਰ ਰਿਹਾ ਫਿਰ ਉਹ ਸਤਨਾਮ ਦਾ ਵਾਜਾ ਦੇ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਇਕੱਠੇ ਕਰ ਜਾਂ ਵੱਖਰਾ ਵੱਖਰਾ ਆਪਣਾ ਕੋਈ ਚੁਪਈ ਸਾਹਿਬ ਜਪਜੀ ਸਾਹਿਬ ਮੂਲ ਮੰਤਰ ਗੁਰ ਸੇਵਾ ਤੇ ਸਿਮਰਨ ਦੋਨੋਂ ਉਸ ਵੇਲੇ ਲਾਹਾ ਖੱਟਿਆ ਜਾਵੇ ਸੇਵਾ ਤੇ ਸਿਮਰਨ ਤੇ ਜੇ ਮੰਨ ਲਓ ਗੁਰਦੁਆਰੇ ਨਹੀਂ ਤੁਹਾਨੂੰ ਕਿਸੇ ਸੰਸਥਾ ਨਾਲ ਜੋੜਿਆ ਮਨੁੱਖਤਾ ਦੀ ਸੇਵਾ ਦੇ ਜੋੜਿਆ ਕੋਈ ਹੋਰ ਸੇਵਾ 'ਚ ਜੋੜਿਆ ਤੇ ਸੱਜਣਾ ਤਾਂ ਢਾਈ ਘੰਟੇ ਤੋਂ ਵੱਧ ਕਰ ਦੇ ਘੱਟ ਨਾ ਕਰ ਹੁਣ ਦੇ ਦਿੱਤਾ ਸਮਾਂ ਪਰ ਇਸ ਤੋਂ ਬਾਅਦ ਇੱਕ ਜਾਗ੍ਰਿਤੀ ਬੜੀ ਜ਼ਰੂਰੀ ਹੈ ਮਨ ਦੀ ਇੱਕ ਜਾਗ੍ਰਿਤੀ ਬਹੁਤ ਜ਼ਰੂਰੀ ਇੱਕ ਇਹ ਜਿਹੜਾ ਇਹਨੂੰ ਕੀ ਕਹਿੰਦੇ ਗਿਆਨ ਹਾਂਜੀ ਇੱਕ ਆ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਸਤਸੰਗ ਕੀਤੀ ਹੋਈ ਸੇਵਾ ਕਿਤੇ ਖੂਬ ਖਾਤੇ ਨਾ ਪੈ ਜਾਵੇ ਆ ਗਿਆਨ ਹੋਣਾ ਬਹੁਤ ਜ਼ਰੂਰੀ ਦਾਸ ਦੇ ਕੋਲ ਨਾ ਇੱਕ ਸਿੰਘ ਆਇਆ ਉਹਨਾਂ ਨੇ ਇੱਕ ਸੰਸਥਾ ਬਣਾਈ ਹੈ ਪਰ ਬਾ ਕਮਾਲ ਸੇਵਾ ਜੀ ਉਹਨਾਂ ਦੀ ਮੈਂ ਕਹਿੰਦਾ ਬਾ ਕਮਾਲ ਮੈਂ ਇੱਕ ਵਾਰੀ ਨਹੀਂ ਮੇਰਾ ਖਿਆਲ ਹੈ ਉਹ ਡੇਢ ਘੰਟਾ ਦਾਸ ਦੇ ਕੋਲ ਬੈਠਾ ਹੋਏਗਾ ਔਰ ਘੱਟੋ ਘੱਟ ਮੈਂ ਅੱਠ ਨੌ ਵਾਰੀ ਮੈਂ ਘੱਟੋ ਘੱਟ ਸੱਸ ਘੱਟ ਮੈਂ ਬੋਲ ਰਿਹਾ ਵੱਧ ਹੋ ਸਕਦਾ ਅੱਠ ਨੌ ਵਾਰੀ ਮੈਂ ਇਹਨੂੰ ਇੱਦਾਂ ਹੱਥ ਜੋੜ ਕੇ ਨਾ ਮੈਂ ਯਾਰ ਵਾਕਈ ਤੁਹਾਡੇ ਚਰਨਾਂ 'ਚ ਨਮਸਕਾਰ ਵੀ ਧੰਨ ਸੇਵਾ ਤੁਹਾਡੀ ਹੈ ਧੰਨ ਸੇਵਾ ਉਹਨਾਂ ਦੀ ਸੰਸਥਾ ਬੜੀ ਜ਼ਬਰਦਸਤ ਸੇਵਾ ਹੈ ਕੋਈ ਲੋੜਵੰਦ ਕੋਈ ਗਰੀਬ ਕੋਈ ਕਿੱਦਾਂ ਉਹਦੀ ਮਦਦ ਤੇ ਉਤਰ ਪੈਂਦੇ ਨੇ ਤਾਂ ਕਰਦੇ ਉਹ ਨਹੀਂ ਦੇਖਦੇ ਜੀ ਦਿਨ ਹੈ ਰਾਤ ਹੈ ਕਿੱਦਾਂ ਕਿਵੇਂ ਰੋਗੀ ਹੈ ਕਿ ਕਿਵੇਂ ਕਿੱਦਾਂ ਤਾਂ ਕਰਦੇ ਸੇਵਾ 'ਚ ਉਤਰ ਪੈਂਦੇ ਬੜਾ ਤਗੜਾ ਉਹਨਾਂ ਦਾ ਯੂਨਿਟ ਬਣਦਾ ਜਾ ਪਰ ਜਦੋਂ ਸਤਸੰਗਤ ਵਿਚਾਰਾਂ ਦੀ ਸਾਂਝ ਹੁੰਦੀ ਗਈ
ਅਖੀਰ ਜਦੋਂ ਐਂਡ 10-15 ਮਿੰਟ ਰਹਿ ਗਏ ਸਨ, ਮੈਂ ਸਾਰੀ ਜਦੋਂ ਉਹਦੀ ਵਿਉਂਤ ਸੁਣੀ, ਉਹ ਇੱਦਾਂ ਸੇਵਾ ਕਰ ਰਹੇ, ਇੱਦਾਂ ਕਰ ਰਹੇ, ਉਹ ਸੇਵਾ ਕਰਦਿਆਂ ਕਰਦਿਆਂ ਉਹਨੇ ਨਾ ਇਹ ਗੱਲ ਸੁਣਾਉਂਦੇ ਵੀ ਇੱਦਾਂ ਅਸੀਂ ਸੇਵਾ ਕਰਦੇ, ਇੱਦਾਂ ਇੱਥੇ ਤੱਕ ਤਾਂ ਬਹੁਤ ਵਧੀਆ ਸੀ ਔਰ ਸੁਣ ਕੇ ਬੜਾ ਹੀ ਆਨੰਦ ਆ ਰਿਹਾ ਸੀ। ਮੈਂ ਸ਼ੁਕਰਾਨਾ ਕਰ ਰਿਹਾ ਸੀ ਗੁਰੂ ਨਾਨਕ ਦਾ, ਸੱਚੇ ਪਾਤਸ਼ਾਹ ਤੇਰੀ ਫੁਲਵਾੜੀ ਦੇ ਵਿੱਚੋਂ ਇੱਕ ਹੋਰ ਫੁੱਲ, ਸੁਨਹਿਰੀ ਫੁੱਲ ਖਿੜਿਆ, ਆਖੋ ਸਤਨਾਮ, ਤੇਰੀ ਫੁਲਵਾੜੀ ਚੋਂ ਇੱਕ ਹੋਰ ਪਿਆਰਾ ਫੁੱਲ ਖਿੜਿਆ। ਆ ਜਿਤਨੀਆਂ ਸਾਧ ਸੰਗਤ ਇਹ ਸੰਸਥਾਵਾਂ ਨੇ, ਇਹ ਕੀ ਹੈ, ਇਹ ਕੌਣ ਨੇ, ਇਹ ਬਾਜਾਂ ਵਾਲੇ ਦੀ ਬਗੀਚੀ ਦੇ ਫੁੱਲ ਨੇ, ਫੁੱਲ। ਕੋਈ ਕਿਹੜੀ ਸੇਵਾ ਕਰ ਰਿਹਾ, ਕੋਈ ਕਿਹੜੀ ਕਰ ਰਿਹਾ, ਕੋਈ ਕਿਹੜੀ ਕਰ ਰਿਹਾ, ਕੋਈ ਕਿਹੜੀ ਕਰ ਰਿਹਾ, ਇਹ ਸਿੱਖੀ ਦੇ ਬਾਗ ਦੇ ਫੁੱਲ ਨੇ, ਫੁੱਲ। ਮਾਨ ਯੋਗ ਨੇ ਸਾਰੇ, ਸਤਿਕਾਰਕ ਯੋਗ ਨੇ। ਉਹਨੇ ਦੱਸਣਾ ਸ਼ੁਰੂ ਕੀਤਾ ਬਈ ਇੱਦਾਂ ਅਸੀਂ ਸੇਵਾ ਇੱਦਾਂ ਕਰਦੇ ਹਾਂ, ਇੰਝ ਕਰਦੇ ਹਾਂ। ਮਨ ਬੜਾ ਹੀ ਪ੍ਰਸੰਨ, ਉਹ ਬੋਲਦਿਆਂ 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 ਉਹਦਾ ਟਰੈਕ ਥੋੜ੍ਹਾ ਜਿਹਾ ਚੇਂਜ ਹੋ ਗਿਆ ਜੀ, ਸੁਣੋ ਧਿਆਨ, ਟਰੈਕ ਥੋੜ੍ਹਾ ਚੇਂਜ। ਆ ਸਰਦਾਰ ਕੁੰਦਨ ਸਿੰਘ ਵਾਲੀ ਗੱਲ ਆ ਗਈ, ਕੁੰਦਨ ਸਿੰਘ ਵਾਲੀ, ਉਹ ਮਾਇਆ ਦੇ ਕੇ ਹੰਕਾਰੀ ਬਣਦਾ ਜਾ ਰਿਹਾ ਸੀ, ਇਹ ਸਵਾਸਾਂ ਦਾ ਦਸਵੰਦ ਦੇ ਕੇ, ਇਹ ਸਮਾਂ ਦਾ ਦਸਵੰਦ ਦੇ ਕੇ, ਮੈਨੂੰ ਨਹੀਂ ਪਤਾ ਸੀ ਅੰਦਰ ਹੰਕਾਰ ਭਰਦਾ ਜਾ ਰਿਹਾ। ਜਿੰਨੀ ਦੇਰ ਉਹ ਬੈਠਾ ਸੀ ਦਾਸ ਦੇ ਕੋਲ, ਅੱਧੇ ਸਮੇਂ ਤੱਕ ਤਾਂ ਬੜਾ ਵਧੀਆ ਸਮਾਂ ਲੰਘਿਆ, ਜਦੋਂ ਅੱਧੇ ਸਮੇਂ ਤੋਂ ਬਾਅਦ ਸਤਸੰਗ ਉਹਨੇ ਦੱਸਣਾ ਸ਼ੁਰੂ ਕੀਤਾ, ਕਹਿੰਦੇ ਬੜੀ ਨੇੜੇ ਨੇੜੇ ਤੋਂ ਮੈਂ ਸੰਸਥਾਵਾਂ ਨੂੰ ਦੇਖਿਆ ਜੀ, ਫਲਾਣੀ ਸੰਸਥਾ, ਫਲਾਣੀ ਸੰਸਥਾ, ਫਲਾਣੀ, ਕਹਿੰਦਾ ਸਭ ਢੋਂਗ ਹੈ, ਸਭ ਏਦਾਂ ਹੈ, ਸਭ ਬਕਵਾਸ ਹੈ, ਬੋਲਦੇ ਕੁਝ ਨੇ, ਕਰਦੇ ਕੁਝ ਨੇ, ਅਸੀਂ ਦੇਖੋ ਇੱਦਾਂ ਕਰ ਰਹੇ ਹਾਂ। ਉੱਥੋਂ ਦਾ ਟਰੈਕ ਚੇਂਜ ਹੋ ਗਿਆ, ਉੱਥੋਂ ਜਿਤਨੀ ਦੇਰ ਆਪਾਂ ਬੈਠੇ, ਡੇਢ ਪੌਣੇ ਦੋ ਘੰਟੇ ਬੈਠੇ ਹੋਵਾਂਗੇ, ਪੌਣਾ ਕੁ ਘੰਟਾ ਤੋਂ ਬੜਾ ਹੀ ਵਧੀਆ ਸਤਸੰਗ ਚੱਲਿਆ, ਔਰ ਪੌਣੇ ਘੰਟੇ 8-9 ਵਾਰੀ ਉਹਦੇ ਚਰਨ, ਮੈਂ ਕਿਹਾ ਯਾਰ ਸਦਕੇ ਤੁਹਾਡੇ ਚਰਨਾਂ ਤੋਂ ਸਦਕੇ ਯਾਰ, ਬਈ ਕਮਾਲ ਕਰਤੀ, ਮੇਰੇ ਗੁਰੂ ਨਾਨਕ ਐਡੇ ਰੀਝੇ ਤੁਹਾਡੇ, ਇੰਨੇ ਰੀਝੇ ਹੋਏ ਨੇ ਤੁਹਾਡੇ ਤੋਂ, ਰੀਝ ਕੇ ਸੇਵਾ ਲੈ ਰਹੇ। ਹੁਣ ਦਾਸ ਜਦੋਂ ਇੰਨੀ ਗੱਲ ਬੋਲ ਰਿਹਾ, ਉਹ ਥੋੜ੍ਹਾ ਜਿਹਾ ਬੰਦੇ ਨੂੰ ਮਾਣ ਆਈ ਜਾਂਦਾ, ਉਹ ਇੱਦਾਂ 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 ਇੱਦਾਂ, ਜਿਹੜਾ ਪਿਛਲਾ ਪੌਣਾ ਘੰਟਾ ਸੀ ਨਾ ਜੀ, ਪੌਣਾ ਘੰਟਾ ਘੰਟਾ ਜਿਹੜਾ ਰਹੇ, ਉਹਨੇ ਜੀ ਇੱਦਾਂ ਇੱਦਾਂ ਸਟੇਜਾਂ ਤੋਂ ਹੋਰ ਬੋਲਦੇ, ਅੰਦਰ ਕੁਝ ਹੋਰ ਨੇ ਜੀ, ਇੱਦਾਂ ਜੀ ਉਹ ਜੀ। ਮੈਂ ਫਿਰ ਉਹਨੂੰ ਉੱਥੇ ਰੋਕਿਆ, ਮੈਂ ਕਿਹਾ ਸੱਜਣਾ ਰੁੱਕ, ਤੈਨੂੰ ਆਪਣੀ ਲਕੀਰ ਵੱਡੀ ਕਰਨ ਦਾ ਪੂਰਾ ਹੱਕ ਹੈ, ਧਿਆਨ ਦੇਣਾ, ਤੈਨੂੰ ਆਪਣੀ ਲਕੀਰ ਵੱਡੀ ਕਰਕੇ ਦਿਖਾਉਣ ਦਾ ਪੂਰਾ ਹੱਕ ਹੈ, ਪਰ ਕਿਸੇ ਦੀ ਲਕੀਰ ਨੂੰ ਮੇਟਣਾ, ਕਿਸੇ ਦੀ ਲਕੀਰ ਨੂੰ ਮੇਟਣਾ, ਇਹ ਤੈਨੂੰ ਕੋਈ ਹੱਕ ਨਹੀਂ। ਆਖੋ ਸਤਨਾਮ। ਮੈਂ ਕਿਹਾ ਆਹ ਤਾਂ ਯਾਰ ਨਿੰਦਿਆ ਹੋ ਗਈ, ਅਸੀਂ ਹੋਈ ਚੰਗੇ, ਅਸੀਂ ਹੋਈ ਚੰਗੇ। ਮੈਂ ਕਿਹਾ ਤੁਹਾਡੇ ਕੰਮ ਸਿਖਰ ਦੇ ਮੈਂ ਮੰਨਦਾ, ਪਰ ਮੈਨੂੰ ਇੱਕ ਗੱਲ ਦੱਸ, ਜਿਹੜੀ 5-7 ਸੰਸਥਾਵਾਂ ਦਾ ਉਹਨੇ ਇਸ਼ਾਰਾ ਦਿੱਤਾ, ਨਾਮ ਉਹਨੇ ਵੀ ਨਹੀਂ ਲਿਆ। ਮੈਂ ਕਿਹਾ ਤੂੰ ਜਿਹੜੇ ਇਸ਼ਾਰੇ ਦੇ ਰਿਹਾ, ਮੈਂ ਨਾਮ ਲੈ ਲੈਣਾ। ਮੈਂ ਕਿਹਾ ਉਹ ਸੰਸਥਾ ਆਹ ਸੇਵਾ ਕਰ, ਉਹ ਸੰਸਥਾ ਆਹ ਸੇਵਾ, ਉਹ ਸੰਸਥਾ ਆਹ ਸੇਵਾ, ਉਹ ਸੰਸਥਾ। ਕਹਿੰਦੇ ਤੁਹਾਨੂੰ ਨਹੀਂ ਪਤਾ ਭਾਈ ਸਾਹਿਬ ਕਿੱਦਾਂ, ਉਹ ਮੈਂ ਕਿਹਾ ਛੱਡ ਕਿੱਦਾਂ, ਸੇਵਾ ਹੈ ਨਾ, ਸੇਵਾ ਹੈ, ਮੁਬਾਰਕ ਮੁਬਾਰਕ। ਆਪਣਾ ਵੇਖ ਕੇ ਚੱਲ, ਭਾਵਨਾ ਇਹ ਹੋਣੀ ਚਾਹੀਦੀ ਹੈ ਸੱਚਿਆ ਪਾਤਸ਼ਾਹ ਸ਼ੁਕਰ ਹੈ, ਸ਼ੁਕਰ ਹੈ, ਕੋਈ ਕਿੱਦਾਂ ਸੇਵਾ ਕਰੇ, ਕਰੇ ਤਾਂ ਸਹੀ, ਕਰੇ ਤਾਂ ਸਹੀ। ਆਪ ਨੂੰ ਆਪਣਾ ਵੇਖ ਕੇ ਚੱਲ, ਆਪਣੇ ਗਰੀਬਾਂ ਨਵੇਂ ਸਿਰ ਨੀਵਾਂ ਕਰ। ਮੈਂ ਕਿਹਾ ਤੇਰੇ ਕੋਲ ਤਾਂ ਹੁਣ ਆਹ ਬਦਬੂ ਮੈਨੂੰ ਆ ਰਹੀ ਹੈ, ਮਾਲਕ ਦੀ ਤਾਂ ਆਹ ਖੁਸ਼ਬੂ ਭਰੀ ਪੰਕਤੀ ਹੈ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਮੈਂ ਕਿਹਾ ਤੇਰੇ ਕੋਲ ਤਾਂ ਮੈਨੂੰ ਆਹ ਬਦਬੂ ਆ ਰਹੀ ਹੈ, ਹਮ ਹੀ ਚੰਗੇ, ਹਮ ਹੀ ਚੰਗੇ, ਹਮ ਹੀ ਚੰਗੇ, ਹਮ ਹੀ ਚੰਗੇ। ਮੈਂ ਕਿਹਾ ਨਾ ਹੋਏ ਨਾ। ਉੱਥੇ ਦਾਸ ਨੇ ਮੈਂ ਬੇਨਤੀ ਲਾਈ ਉਹਦੇ ਚਰਨਾਂ ਦੇ ਵਿੱਚ, ਮੈਂ ਕਿਹਾ ਉਹ ਸੱਜਣਾ ਸੇਵਾ ਵੀ ਕੀਤੀ, ਅੰਦਰ ਹੋਮੇ ਵੀ ਆ ਗਈ, ਕਿੱਥੇ ਸੇਵਾ ਥਾਂ ਪੈਣੀ ਹੈ, ਕਿੱਥੇ ਸੇਵਾ। ਕਹਿੰਦੇ ਜੀ ਸਾਡਾ ਕੋਈ ਕਿਸੇ ਦਾ ਨਾਮ ਨਹੀਂ, ਸਾਡੀ ਸੰਸਥਾ ਵਿੱਚੋਂ ਕਿਸੇ ਦਾ ਆਪਾਂ ਇੱਦਾਂ ਨਹੀਂ ਕੀਤਾ, ਉੱਦਾਂ ਨਹੀਂ, ਕੋਈ ਨਾਮ ਲਿਸਟਡ ਨਹੀਂ ਕਰ। ਮੈਂ ਹੁਣ ਇਸ਼ਾਰੇ ਜੀ ਗੱਲਾਂ ਕਰ ਰਿਹਾ, ਆਪ ਜੀ ਸਮਝਦੇ ਜਾਏ, ਇੱਦਾਂ ਨਹੀਂ, ਉੱਦਾਂ। ਮੈਂ ਕਿਹਾ ਆਹ ਚੀਜ਼ਾਂ, ਕਹਿੰਦੇ ਆਪਾਂ ਕੋਈ ਨਾਮ ਨਹੀਂ ਆਪਣਾ ਕਰਦੇ, ਇੱਦਾਂ ਨਹੀਂ ਕਰਦੇ, ਇੰਝ ਨਹੀਂ। ਮੈਂ ਕਿਹਾ ਜਿਹੜਾ ਤੂੰ ਦੱਸਦਾ ਪਿਆ ਮੈਨੂੰ ਦੱਸ ਰਿਹਾ, ਦਸਾਂ ਨੂੰ ਦੱਸਦਾ ਹੋਏਗਾ, ਵੀਆਂ ਨੂੰ ਦੱਸਦਾ ਹੋਏਗਾ,
ਇਹ ਕੀ ਹੈ? ਆਪਣੇ ਨਾਮ ਦੀ ਲਾਲਸਾ ਹੀ ਹੈ, ਆਪਣੇ ਨਾਮ ਦੀ ਭੁੱਖ ਹੀ ਹੈ, ਆਪਣੀ ਵਡਿਆਈ ਦੀ ਭੁੱਖ ਹੀ ਹੈ ਕਿ ਦੱਸ ਕੇ ਵਡਿਆਈ ਲੈਣੀ, ਦੱਸ ਕੇ ਵਡਿਆਈ ਲੈਣੀ, ਸਵਾਦ ਆਵੇ ਤੁਹਾਡੀ ਸੇਵਾ ਨੂੰ, ਅੱਗੋਂ ਦੀ ਹੋ ਕੇ ਅਗਲਾ ਮਾਣ ਦੇਵੇ ਕਿ ਯਾਰ ਤੁਹਾਡੇ ਬਾਰੇ ਆਹ ਕੁਛ ਸੁਣਿਆ, ਤੁਹਾਡੇ ਬਾਰੇ ਆਹ ਕੁਛ ਸੁਣਿਆ, ਤੁਹਾਡੇ ਬਾਰੇ ਆਹ ਕੁਛ ਸੁਣਿਆ, ਤੇ ਅੱਗੋਂ ਤੂੰ ਸੀਸ ਨਿਵਾ ਕੇ ਕਹਿੰਦਾ ਹੋਵੇ ਜੀ ਗੁਰੂ ਸਾਹਿਬ ਸੇਵਾ ਲੈ ਰਹੇ, ਗੁਰੂ ਸਾਹਿਬ ਸੇਵਾ ਲੈ, ਆਪ ਦੀ ਹੀ ਵਡਿਆਈ ਆਪਾਂ ਕਰੀ ਜਾਈਏ ਤੇ ਕਿਸ ਖਾਤਰ ਜੀ? ਫਿਰ ਤਾਂ ਉਹ ਮਾਣ ਇਕੱਠੀ ਕਰਨ ਵਾਲੀ ਹੀ ਗੱਲ ਹੋ ਗਈ ਨਾ ਜੀ, ਮਾਣ ਇਕੱਠੀ ਕਰਨ ਵਾਲੀ ਗੱਲ ਹੋ ਗਈ। ਮੈਂ ਕਿਹਾ ਭਗਤਾ ਢਾਈ ਘੰਟੇ ਛੱਡ, ਚਾਰ ਚਾਰ ਪੰਜ ਪੰਜ ਘੰਟੇ ਤੁਸੀਂ ਸੇਵਾ ਕੀਤੀ, ਸਮਾਂ ਦਿੱਤਾ, ਪਰ ਫਿਰ ਮਨ ਦੇ ਵਿੱਚ ਮੈਂ ਮੇਰੀ ਆ ਗਈ, ਮਨ ਦੇ ਵਿੱਚ ਹੋਮੇ ਆ ਗਈ ਵੀ ਸਾਡੇ ਵਰਗਾ ਕਿਹੜੀ ਸੇਵਾ ਕਰ ਸਕਦਾ, ਸੇਵਾ ਤਾਂ ਅਸੀਂ ਹੀ ਕਰਦੇ, ਉਹ ਕਾਹਦੀ ਸੇਵਾ ਕਰਦੇ, ਉਹ ਕਾਹਦੀ ਸੇਵਾ ਕਰਦੇ, ਉਹ ਕਾਹਦੀ। ਜੇ ਕਿਸੇ ਦਾ ਉਹ ਗੁਣ ਨਜ਼ਰ ਆ ਰਿਹਾ ਤੇ ਆਪਣੇ ਗੁਣ ਨਜ਼ਰ ਆ ਰਹੇ, ਹਾਲੇ ਗੁਰਮਤ ਨਹੀਂ। ਉਹ ਗੁਣ ਤਾਂ ਇਹ ਹੁੰਦਾ ਜੇ ਗੁਰਮਤ ਤਾਂ ਇਹ ਹੈ ਅਗਲੇ ਦੇ ਗੁਣ ਨਜ਼ਰ ਆਉਣ ਤੇ ਆਪਣੇ ਹਾਲੇ ਔਗੁਣ ਨਜ਼ਰ ਆਉਣ, ਹਾਲੇ ਮੈਨੂੰ ਆਹ ਚੀਜ਼ ਠੀਕ ਕਰਨ ਦੀ ਲੋੜ ਹੈ, ਹਾਲੇ ਮੈਨੂੰ ਆਹ ਚੀਜ਼ ਠੀਕ ਕਰਨ ਦੀ ਲੋੜ ਹੈ, ਹਾਲੇ ਮੈਨੂੰ ਆਹ ਚੀਜ਼ ਠੀਕ ਕਰਨ ਦੀ ਲੋੜ ਹੈ। ਮੈਂ ਕਿਹਾ ਭਗਤਾ ਹਰੇਕ ਦੇ ਅੰਦਰ ਔਗੁਣ ਵੀ ਹੈ, ਹਰੇਕ ਦੇ ਅੰਦਰ ਗੁਣ ਵੀ ਹੈ, ਦੱਸੋ ਗੱਲ ਸਹੀ ਹੈ ਨਾ ਜੀ? ਕਿਹੜਾ ਬੰਦਾ ਸੰਪੂਰਨ ਹੈ? ਇੱਕੋ ਇੱਕ ਸੰਪੂਰਨ ਹੈ ਸਾਧ ਸੰਗਤ, ਉਹ ਮੇਰੇ ਰੱਬ, ਮੇਰੇ ਵਾਹਿਗੁਰੂ, ਮੇਰੇ ਗੁਰੂ, ਆਖੋ ਸਤਨਾਮ, ਮੇਰੇ ਗੁਰੂ ਸੰਪੂਰਨ ਨੇ ਬਸ, ਬਾਕੀ ਕੋਈ ਸੰਪੂਰਨ ਨਹੀਂ। ਸੱਚ ਦੇ ਹਰੇਕ ਦੇ ਅੰਦਰ ਗੁਣ ਵੀ ਹੈ, ਉਹ ਗੁਣ ਵੀ ਹੈ, ਹਰੇਕ ਦੇ ਅੰਦਰ ਨੇਕੀ ਵੀ ਹੈ, ਚੰਗਿਆਈ ਵੀ ਹੈ, ਔਰ ਸਾਧ ਸੰਗਤ ਬਤੀ ਵੀ ਹੈ, ਉਹ ਗੁਣ ਵੀ ਨੇ ਉਹਦੇ ਅੰਦਰ। ਹੁਣ ਤੂੰ ਕੀ ਦੇਖਣਾ ਚਾਹੁੰਦਾ ਉਹਦੇ ਵਿੱਚੋਂ? ਜੇ ਤੂੰ ਗੁਣ ਵੇਖਣਾ ਚਾਹੁੰਦਾ ਤੇ ਤੈਨੂੰ ਗੁਣ ਨਜ਼ਰ ਆਉਣਗੇ, ਜੇ ਤੂੰ ਔਗੁਣ ਵੇਖਣਾ ਚਾਹੁੰਦਾ ਤੇ ਔਗੁਣ ਨਜ਼ਰ ਆਉਣਗੇ। ਹੁਣ ਜੇ ਔਗੁਣ ਹੀ ਵੇਖੀ ਜਾਏਗਾ ਸੱਚ, ਤੁਸੀਂ ਗੁਣ ਵੇਖ ਹੀ ਨਹੀਂ ਸਕੋਗੇ ਕਿ ਉਹਦੇ ਅੰਦਰ ਇਹ ਵੀ ਗੁਣ ਹੈ, ਉਹਦੇ ਅੰਦਰ ਇਹ ਵੀ ਗੁਣ ਹੈ, ਉਹਦੇ ਅੰਦਰ ਇਹ ਵੀ ਗੁਣ ਹੈ। ਤੇ ਜੇ ਕਦੇ ਖੁਦਾ ਨਾ ਖਾਸਤਾ ਉਹਦੇ ਗੁਣ ਤੁਹਾਨੂੰ ਪਤਾ ਲੱਗ ਵੀ ਗਏ ਨਾ ਕਿ ਆਹ ਗੁਣ ਹੈ, ਉਹ ਚੱਲ ਹੋਣਗੇ ਪਰ ਆਹ ਇੰਨਾ ਵੱਡਾ ਔਗੁਣ ਹੈ, ਆਹ ਇੰਨਾ ਵੱਡਾ ਔਗੁਣ ਹੈ, ਆਹ ਇੱਡਾ ਵੱਡਾ ਗੁਣ ਹੋਣਗੇ, ਏਦਾਂ ਕਹਿ ਕੇ ਟਪਾ ਦੇਗਾ। ਆਖੋ ਸਤਨਾਮ। ਨਾ ਬਾਈ, ਦੇਖਣਾ ਸੀ ਹੈ ਕਿ ਆਪਾਂ ਕੀ ਦੇਖਣਾ? ਮੈਂ ਕਿਹਾ ਸਜਣਾ ਤੂੰ ਦੇਖਣਾ ਹੀ ਔਗੁਣ ਚਾਹੁੰਦਾ, ਤਾਂ ਹੀ ਤੈਨੂੰ ਉਹਨਾਂ ਦੇ ਔਗੁਣ ਨਜ਼ਰ ਆ ਰਹੇ, ਤਾਂ ਹੀ ਔਗੁਣ ਨਜ਼ਰ ਆ ਰਹੇ। ਜੇ ਗੁਣ ਹੀ ਦੇਖੇ, ਗੁਣ ਹੀ ਦੇਖੇ ਤੇ ਤੂੰ ਇਹ ਕਹੇਗਾ ਬਾਰ ਬਾਰ, ਤੇਰੀ ਰਸਨਾ ਕਹੇਗੀ ਸੱਚੇ ਪਾਤਸ਼ਾਹ ਸ਼ੁਕਰ ਹੈ, ਸ਼ੁਕਰ ਹੈ। ਜਿਤਨੀਆਂ ਸੰਸਥਾਵਾਂ ਇਸ ਮਨੁੱਖਤਾ ਦੀ ਸੇਵਾ 'ਚ ਉਤਰ ਜਾਣ, ਉਨੀਆਂ ਘੱਟ ਨੇ, ਉਨੀਆਂ ਘੱਟ ਨੇ, ਉਨੀਆਂ ਘੱਟ ਨੇ ਸੱਚੇ ਪਾਤਸ਼ਾਹ, ਹੋਰ ਕਿਰਪਾ ਕਰ, ਹੋਰ ਕਿਰਪਾ ਕਰ। ਆ ਦਾਸ ਨੇ ਉਹਦੇ ਚਰਨਾਂ 'ਚ ਬੇਨਤੀ ਲਾਈ ਤੇ ਕਹਿੰਦਾ ਜੀ ਗੱਲ ਤਾਂ ਸੱਚੀ, ਧਿਆਨ ਦੇਣ ਸੰਗਤ ਜੀ, ਆ ਹੱਥ ਬੰਨ ਤੁਹਾਡੇ ਚਰਨਾਂ 'ਚ ਬੇਨਤੀ ਹੈ, ਜੇ ਦਸਵੰਧ ਕੱਢ ਰਹੇ ਹੋ ਫਿਰ ਉਹਦਾ ਮਾਣ ਨਹੀਂ ਕਰਨਾ, ਤੇ ਜੇ ਸਵਾਸਾਂ ਦਾ ਦਸਵੰਧ ਕੱਢ ਰਹੇ ਹੋ, ਸਮੇਂ ਦਾ ਦਸਵੰਧ ਕੱਢ ਰਹੇ ਹੋ, ਉਹ ਭੁੱਲ ਕੇ ਉਹਦਾ ਵੀ ਮਾਣ ਨਹੀਂ ਕਰਨਾ। ਆਖੋ ਸਤਨਾਮ। ਕੀ ਕਹਿੰਦੇ ਭਾਈ ਗੁਰਦਾਸ ਜੀ? ਕਿਰਤ ਵੇਰਤ ਮਨ ਧਰਮ ਸੱਚ ਦ੍ਰਿੜਾਇਆ, ਸੱਚ ਦ੍ਰਿੜਾਇਆ। ਕਿਰਤ ਵੇਰਤ ਮਨ ਧਰਮ ਸੱਚ ਦ੍ਰਿੜਾਇਆ, ਸੱਚ ਦ੍ਰਿੜਾ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
ਮੇਰੀ ਬੇਨਤੀ ਹੈ ਇੱਕ ਮਿੰਟ ਸਿਮਰਨ ਕਰ ਲਈਏ। ਕਰੋ ਨੇਤਰਬੰਦ, ਕਰੋ ਨੇਤਰਬੰਦ, ਔਰ ਜੋ ਬੋਲ ਰਹੇ ਹੋ ਉਹਨੂੰ ਸੁਣੋ। ਕੋਈ ਰਸਮ ਵਾਂਝੀ ਨਾ ਰਹੇ, ਕੋਈ ਰਸਮ, ਧਿਆਨ ਵਾਹਿਗੁਰੂ ਸ਼ਬਦ ਦੇ ਵਿੱਚ, ਜੇ ਧਿਆਨ ਵਾਰ ਜਾਏ ਮੁੜ ਵਾਹਿਗੁਰੂ ਸ਼ਬਦ ਦੇ ਵਿੱਚ ਲਾ ਦਿਓ। ਮੇਰੇ ਸਾਹਿਬ ਤੁਹਾਨੂੰ ਵੇਖ ਰਹੇ ਨੇ, ਕਰਮਾਂ ਵਾਲਿਓ ਸਾਹਿਬ ਦੀਆਂ ਖੁਸ਼ੀਆਂ ਲੈ ਲਓ, ਸਾਹਿਬ ਦੀਆਂ ਖੁਸ਼ੀਆਂ। ਕਿਰਤ ਵਿਰਤ ਮਨ ਧਰਮ ਸੱਚ ਦ੍ਰਿੜਾਇਆ, ਸੱਚ ਦ੍ਰਿੜਾਇਆ। ਕਿਰਤ ਵਿਰਤ ਮਨ ਧਰਮ ਸੱਚ ਦ੍ਰਿੜਾਇਆ, ਸੱਚ ਦ੍ਰਿੜਾਇਆ। ਇਹ ਸਾਹਿਬ ਦੇ ਅਟਲ ਫੈਸਲੇ, ਸਿੱਖਾ ਦਸਵੰਦ ਲਾਜ਼ਮੀ ਜ਼ਰੂਰੀ ਕੱਢਣਾ ਹੈ, ਭਾਵੇਂ ਉਹ ਮਾਇਆ ਦਾ ਭਾਵੇਂ ਸਵਾਸਾਂ ਦਾ ਲਾਜ਼ਮੀ। ਬਾਬਾ ਆਨੰਦ ਸਿੰਘ ਜੀ ਆ ਬਚਨ ਕਰਿਆ ਕਰਦੇ ਸਨ, ਕਹਿੰਦੇ ਸਿੱਖ ਦਸਵੰਦ ਦੇਣਾ ਨਾ ਛੱਡੇ,
ਔਖਾ ਸਮਾਂ ਆਪੇ ਨਿਕਲ ਜਾਏਗਾ। ਤੂੰ ਦਸਵੰਦ ਕੱਢ, ਥੋੜਾ ਬਚਿਆ ਥੋੜਾ ਕੱਢ, ਬਹੁਤਾ ਬਚਿਆ ਬਹੁਤਾ ਕੱਢ, ਪੂਰਾ ਕੱਢ ਪਰ ਪੂਰਾ। ਜਿੱਥੇ ਮਾਇਆ ਦਾ ਉੱਥੇ ਸਵਾਸਾਂ ਦਾ, ਲਾਇਆ ਕਰੋ ਹਿਸਾਬ। ਘੱਟੋ ਘੱਟ ਸਾਧ ਸੰਗਤ ਘੱਟੋ ਘੱਟ ਢਾਈ ਘੰਟੇ, ਘੱਟੋ ਘੱਟ ਖਾਤਾ ਬਣਾਇਆ ਕਰੋ। ਪ੍ਰੋਫਿਟ ਐਂਡ ਲੋਸ ਅਕਾਊਂਟ ਬਣਾਉਂਦੇ ਹਾਂ, ਬੈਲੈਂਸ ਸ਼ੀਟਸ ਬਣਾਉਂਦੇ ਹਾਂ, ਟ੍ਰਾਇਲ ਬੈਲੈਂਸ ਬਣਾਉਂਦੇ ਹਾਂ, ਬਣਾਉਂਦੇ ਹਾਂ ਕਿ ਨਹੀਂ ਬਣਾਉਂਦੇ, ਕੀ ਵਟਿਆ ਕੀ ਖਟਿਆ। ਸਾਹਿਬ ਕਹਿੰਦੇ ਰੋਜ਼ ਦਾ ਬਣਾ ਟ੍ਰਾਇਲ ਬੈਲੈਂਸ, ਰੋਜ਼ ਦਾ ਪ੍ਰੋਫਿਟ ਐਂਡ ਲੋਸ ਅਕਾਊਂਟ ਰੋਜ਼ ਦਾ ਬਣਾ। ਆਈਦਰ ਦੇਅਰ ਇਜ਼ ਪ੍ਰੋਫਿਟ ਔਰ ਲੋਸ, ਵੇਖ ਵੇਖ। ਜਿਹੜੀ ਫਰਮ ਘਾਟੇ 'ਚ ਲਗਾਤਾਰ ਜਾਂਦੀ ਜਾਵੇ, ਵਜੂਦ ਖਤਮ ਹੋ ਜਾਂਦਾ, ਉਹਦਾ ਖਤਮ ਹੋ ਜਾਂਦਾ। ਆਹ ਜਿਹੜੀ ਜ਼ਿੰਦਗੀ ਦੀ ਫਰਮ ਤੈਨੂੰ ਮਿਲੀ ਹੈ, ਜਨਮ ਤੋਂ ਮੌਤ ਤੱਕ ਜਿਹੜਾ ਸਫ਼ਰ ਹੈ ਜ਼ਿੰਦਗੀ, ਇਹਨੂੰ ਕਹਿੰਦੇ ਆ ਜ਼ਿੰਦਗੀ। ਇਸ ਜ਼ਿੰਦਗੀ ਦੇ ਵਿੱਚ ਵਿਚਰਦਿਆਂ ਜ਼ਿੰਦਗੀ ਜਿਉਂਦਿਆਂ ਨੂੰ, ਉਹ ਪਿਆਰਿਆ ਰੋਜ਼ ਪ੍ਰੋਫਿਟ ਐਂਡ ਲੋਸ ਅਕਾਊਂਟ ਤਿਆਰ ਕਰ, ਰੋਜ਼ ਵੇਖ। ਢਾਈ ਘੰਟੇ ਦਿੱਤੇ ਗਏ, ਜੇ ਢਾਈ ਘੰਟੇ ਤੋਂ ਉੱਪਰ ਦਿੱਤੇ ਗਏ ਨਾ, ਹੁਣ ਉਸ ਢਾਈ ਘੰਟੇ 'ਚ ਜੋ ਮਰਜ਼ੀ ਕਰੋ। ਅੰਮ੍ਰਿਤ ਵੇਲੇ ਉੱਠ ਕੇ ਇਬਾਦਤ ਕਰੋ, ਬੰਦਗੀ ਕਰੋ, ਸੇਵਾ ਕਰੋ, ਨਿਤਨੇਮ ਕਰੋ। ਧਿਆਨ ਦੇਣਾ ਜੀ, ਸ਼ਾਮ ਦਾ ਰਹਿ ਰਾਜ ਸਾਹਿਬ ਗਿਣ ਲਓ, ਕੀਰਤਨ ਸੁਹੇਲਾ ਗਿਣ ਲਓ, ਆਹ ਜਿਹੜਾ ਕੀਰਤਨ 'ਚ ਬੈਠੇ ਹੋ ਆਹ ਗਿਣ ਲਓ, ਜਿਹੜਾ ਸੇਵਾ ਕਰ ਰਹੇ ਹੋ ਗੁਰੂ ਕੇ ਲੇਖੇ ਸੇਵਾ ਦਿੱਤੀ ਉਹ ਗਿਣ ਲਓ। ਇਹ ਸਾਰਾ ਕੈਲਕੂਲੇਟ ਕਰਕੇ ਵੇਖੋ, ਜੇ ਢਾਈ ਘੰਟੇ ਤੋਂ ਉੱਪਰ ਹੋ ਗਏ, ਸੀਸ ਨਿਵਾ ਕੇ ਸ਼ੁਕਰਾਨਾ ਕਰੋ, ਸੱਚੇ ਪਾਤਸ਼ਾਹ ਅੱਜ ਮਿਹਰ ਦੇ ਖਾਤੇ ਖੋਲੇ ਨੀ, ਅੱਜ ਕਿਰਪਾ ਕੀਤੀ ਆ, ਮੇਰੇ ਗਰੀਬ ਦੀ ਹਾਜ਼ਰੀ ਲਵਾ ਲਈ ਆ, ਆਖੋ ਸਤਨਾਮ। ਤੇ ਜੇ ਢਾਈ ਘੰਟੇ ਤੋਂ ਘੱਟ ਹੋਵੇ, ਫਿਰ ਹੱਥ ਬੰਨ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਲਓ, ਸੱਚੇ ਪਾਤਸ਼ਾਹ ਅੱਜ ਗੁਨੇਗਾਰ ਹਾਂ ਤੇਰੇ, ਅੱਜ ਗੁਨੇਗਾਰ ਹਾਂ, ਅੱਜ ਢਾਈ ਘੰਟੇ ਨਹੀਂ ਦਿੱਤੇ ਗਏ ਸੱਚੇ ਪਾਤਸ਼ਾਹ, ਕੱਲ ਕਿਰਪਾ ਕਰੀ ਬਖਸ਼ਿਸ਼ ਕਰੀ ਸੇਵਾ ਲੈ ਲਈ, ਆਖੋ ਸਤਨਾਮ। ਕਈ ਵਾਰੀ ਦਾਸ ਕਹਿੰਦਾ ਅੰਮ੍ਰਿਤ ਵੇਲੇ ਸਿਮਰਨ ਸਾਧਨਾ ਵਿੱਚ, ਸੰਗਤਾਂ ਬੈਠੀਆਂ ਸਾਧਨਾ ਦੀਆਂ ਰੋਜ਼ਾਨਾ ਜਿਹੜੇ ਸਿਮਰਨ ਸਾਧਨਾ 'ਚ ਆਉਂਦੀਆਂ, ਮੈਂ ਇਹਨਾਂ ਨੂੰ ਕਈ ਵਾਰੀ ਬੇਨਤੀ ਕਰਦਾ, ਮੈਂ ਕਿਹਾ ਸੰਗਤ ਜੀ ਦੇਖੋ ਅੰਮ੍ਰਿਤ ਵੇਲੇ ਤੁਸੀਂ ਆਏ, 4 ਵਜੇ ਸਾਧਨਾ ਸ਼ੁਰੂ ਹੁੰਦੀ ਹੈ ਜੀ, ਹਾਂਜੀ 5:45 ਵਜੇ ਤੱਕ ਸਾਡੇ ਭਾਈ ਆਨੰਦ ਸਾਹਿਬ 5:30 ਪੂਰੇ ਸਮਾਪਤੀ ਹੋ ਜਾਂਦੀ। ਮੈਂ ਕਿਹਾ 4 ਵਜੇ ਆਉਣ ਵਾਸਤੇ ਸੰਗਤਾਂ ਬੱਸਾਂ ਦੇ ਵਿੱਚ ਵੀ ਆਉਂਦੀਆਂ, ਕਈ ਬੱਸਾਂ ਲੱਗੀਆਂ, ਗੱਡੀਆਂ ਲੱਗੀਆਂ, ਸਕੂਟਰ ਲੱਗੇ, 3:30 ਤੁਰਨਾ ਪਿਆ ਘਰੋਂ, ਧਿਆਨ ਦੇਣਾ। ਹੁਣ 3:30 ਤੁਰਨ ਵਾਸਤੇ ਤੁਹਾਨੂੰ ਘੱਟੋ ਘੱਟ 2:30 ਵਜੇ ਤਾਂ ਜਾਗਣਾ ਪਿਆ ਹੋਏਗਾ। ਇੱਦਾਂ ਹੀ ਦਾਸ ਸਿਮਰਨ ਸਾਹਿਬ ਨਾਲ ਗੱਲ ਕਰਦਾ, ਸੰਗਤ ਜੀ ਠੀਕ ਹੈ ਨਾ, ਇੱਦਾਂ ਹੀ ਦਾਸ ਗੱਲ ਕਰਦਾ। 2:30 ਵਜੇ ਹੁਣ ਜਿਹੜਾ ਜਾਗਿਆ ਇਸ਼ਨਾਨ ਪਾਣੀ ਕਰ ਰਿਹਾ, ਹੁਣ ਇਸ਼ਨਾਨ ਪਾਣੀ ਕਰਦਿਆਂ ਨੂੰ ਉਹਨੇ ਕੋਈ ਮਾੜੇ ਗੀਤ ਦਗਾਣੇ ਨਹੀਂ ਅੰਮ੍ਰਿਤ ਵੇਲੇ, ਮੂਲ ਮੰਤਰ ਹੀ ਕਰਨਾ, ਗੁਰਮੰਤਰ ਹੀ ਕਰਨਾ, ਕੋਈ ਜਪਜੀ ਦਾ ਪਾਠ ਕਰਦਾ, ਕੋਈ ਚੁਪਈ ਸਾਹਿਬ, ਉਹਦਾ ਭਜਨ ਤਾਂ ਉੱਥੋਂ ਹੀ ਸ਼ੁਰੂ ਹੋ ਗਿਆ ਨਾ ਜੀ, ਆਖੋ ਸਤਨਾਮ। 2:30 ਤੋਂ 3:30 ਤਿਆਰ ਹੁੰਦਿਆਂ ਨੂੰ ਉਹਨੇ ਨਿਤਨੇਮ ਜਪਜੀ ਸਾਹਿਬ ਜੋ ਵੀ ਭੁਗਤਾਇਆ, ਹੁਣ ਜਦੋਂ ਬੱਸਾਂ 'ਚ ਆਏ ਗੱਡੀਆਂ 'ਚ, ਇਹ ਹਿਦਾਇਤ ਹੈ ਕਿ ਬੱਸਾਂ 'ਚ ਆਉਂਦਿਆਂ ਨੂੰ ਜਾਂਦਿਆਂ ਨੂੰ ਖਾਸ ਕਰਕੇ ਜਦੋਂ ਆਉਂਦਿਆਂ ਨੂੰ ਸਾਰਿਆਂ ਦੇ ਹੱਥਾਂ 'ਚ ਗੁਟਕੇ ਸਾਹਿਬ ਹੁੰਦੇ ਨੇ, ਕੋਈ ਸੁਖਮਣੀ ਦਾ ਜਾਪ, ਕੋਈ ਨਿਤਨੇਮ ਦਾ ਜਾਪ, ਕੋਈ ਆਪਣਾ ਮੂਲ ਮੰਤਰ ਦਾ, ਜਿੱਦਾਂ ਵੀ। ਹੁਣ ਉਹ ਸਫ਼ਰ ਵੀ ਭਗਤੀ ਬਣ ਗਿਆ, ਜਦੋਂ ਸਫ਼ਰ ਭਗਤੀ ਕਰਕੇ ਆਏ 4 ਵਜੇ ਪਹੁੰਚੇ ਨੇ, ਇੱਦਾਂ ਭਜਦੇ ਸਤਸੰਗ ਆਉਂਦੇ ਸੰਗਤ, ਸਤਸੰਗ ਆਉਂਦਿਆਂ ਬੈਠਦੀ ਜਿਵੇਂ ਕੋਈ ਖਜ਼ਾਨਾ ਲੁੱਟਣ ਲਈ ਸੰਗਤ ਆਈ। ਫਿਰ ਉਹ 5:30 ਵਜੇ ਤੱਕ ਆ ਕੀਰਤਨ ਭਗਤੀ, ਸਾਧਨਾ ਭਗਤੀ, ਧਿਆਨ ਦੇਣਾ। ਫਿਰ ਵਾਪਸੀ ਜਾਂਦਿਆਂ ਨੂੰ ਹਿਦਾਇਤ ਹੈ ਕਿ ਬਈ ਪਾਠ ਕਰਦੇ, ਘੱਟੋ ਘੱਟ 2:30-3 ਘੰਟੇ ਸਾਧ ਸੰਗਤ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੋ ਜਾਂਦੇ। ਤੇ ਮੈਂ ਕਈ ਵਾਰੀ ਚਰਨਾਂ 'ਚ ਬੇਨਤੀ ਕਰਦਾ ਸੰਗਤ ਦੇ, ਮੈਂ ਕਿਹਾ ਦੇਖੋ ਅੰਮ੍ਰਿਤ ਵੇਲੇ ਜਾਗਣ ਦਾ ਕੀ ਲਾਭ ਹੋਇਆ, ਇੱਕ ਤਾਂ ਗੁਰੂ ਦਾ ਬਚਨ ਕਮਾਇਆ ਗਿਆ, ਪੁਰਕਾ ਬਚਨ ਬਸਿਆ ਜੀ ਨਾਲੇ ਬਚਨ ਕਮਾਇਆ ਗਿਆ ਕਿ ਅੰਮ੍ਰਿਤ ਵੇਲੇ ਜਾਗਣਾ, ਬਚਨ ਕਮਾਇਆ ਗਿਆ, ਖੁਸ਼ੀਆਂ ਲੈ ਲਈਆਂ।
ਦੂਜਾ ਸਾਹਿਬ ਨੇ ਕਿਹਾ ਸੀ ਢਾਈ ਘੰਟੇ ਨਿਤਨੇਮ ਕਰਨਾ, ਢਾਈ ਘੰਟੇ ਆਪਣਾ ਸਵਾਸਾਂ ਦਾ ਦਸਵੰਧ ਦੇਣਾ। ਮੈਂ ਕਿਹਾ ਸੰਗਤ ਜੀ ਸਵੇਰੇ ਹੀ 3 ਘੰਟੇ ਜਮ੍ਹਾਂ ਕਰਵਾ ਲਿਆ ਖਾਤੇ 'ਚ, ਅਤੇ ਹੁਣ ਜਿਹੜਾ ਦਿਨ ਵਿੱਚ ਕਰੋਗੇ ਉਹ ਬੋਨਸ ਹੈ। ਆਖੋ ਸਤਨਾਮ। ਹੈ ਢਾਈ ਘੰਟੇ ਮਹਾਰਾਜ ਵੱਲੋਂ ਹੁਕਮ ਸੀ। ਔਰ ਇਹ ਮੈਂ ਜੇ ਇਹ ਕਹਾਂ ਤਾਂ ਕੋਈ ਗਲਤ ਨਹੀਂ, ਸਖਤ ਹੁਕਮ ਹੈ, ਸਖਤ ਦੇਣਾ ਹੀ ਪੈਣਾ ਸਾਨੂੰ। ਦੇਰ ਇਜ਼ ਨੋ ਆਪਸ਼ਨ, ਦੇਣਾ ਹੀ ਪੈਣਾ, ਨੋ ਇਫ ਨੋ ਬਟ, ਦੇਣਾ ਹੀ ਪੈਣਾ ਹਰ ਹਾਲ 'ਚ। ਇਹ ਢਾਈ ਘੰਟੇ ਦੇਣੇ ਹੈ, ਕੋਈ ਇਹਦੇ 'ਚ ਵਿਚਾਰ ਨਹੀਂ। ਉੱਪਰ ਦੇ ਬਖਸ਼ਿਸ਼ ਲੈ ਜਾ, ਹੱਥ ਬੰਨ। ਮੈਂ ਬੇਨਤੀ ਕਰਦਾ ਸੰਗਤ ਚਰਨ, ਮੈਂ ਕਿਹਾ ਦੇਖੋ ਢਾਈ ਘੰਟੇ ਕਿਹਾ ਸੀ, 3 ਘੰਟੇ ਦਾ ਸਵੇਰੇ ਹੀ ਖਾਤੇ 'ਚ ਚੜ੍ਹਾ ਤੇ, ਹੁਣ ਜਿਹੜਾ ਸ਼ਾਮ ਨੂੰ ਦੁਪਹਿਰ ਨੂੰ ਜਿਹੜਾ ਇਹ ਗੇੜਾ ਦੇਣਾ ਉਹ ਫਿਰ ਬੋਨਸ ਹੋ ਗਿਆ, ਉਹ ਬੋਨਸ ਹੋ ਗਿਆ। ਅਸੀਂ ਦੁਨਿਆਵੀ ਧਨ ਦਾ ਵੀ ਤਾਂ ਲਾਲਚ ਕਰਦੇ ਹਾਂ ਨਾ। ਹੁਣ ਮੈਨੂੰ ਦੱਸੋ, ਜੇ ਇੱਕ ਟੀਚਾ ਬੰਨਿਆ ਕਿ 10,000 ਰੁਪਈਆ ਮੈਂ ਦੁਕਾਨ 'ਚੋਂ ਰੋਜ਼ ਕਮਾਉਣਾ ਹੈ, ਮੰਨ ਇੱਕ ਟੀਚਾ ਬੰਨਿਆ ਕਿ ਮੈਂ 10,000 ਰੋਜ਼ ਕਮਾਉਣਾ ਹੈ ਦੁਕਾਨ 'ਚ, ਠੀਕ ਹੈ ਜੀ, ਸਵੇਰੇ 2 ਘੰਟੇ ਦੇ ਅੰਦਰ ਹੀ ਤੁਹਾਨੂੰ 10-12,000 ਰੁਪਏ ਦੀ ਕਮਾਈ ਹੋ ਗਈ। ਮੈਨੂੰ ਦੱਸੋ ਗੱਲ, ਸੱਚ ਦੱਸਿਓ, ਪੂਰੇ ਦਿਨ 'ਚ ਤੁਹਾਡਾ ਟੀਚਾ ਸੀ ਮੈਂ 10,000 ਕਮਾਉਣਾ, 2 ਘੰਟੇ 'ਚ ਤੁਹਾਨੂੰ 12,000 ਦੀ ਕਮਾਈ ਹੋ ਗਈ, ਅਤੇ ਹੁਣ ਉਸ ਤੋਂ ਬਾਅਦ ਕੀ ਹੱਟੀ ਬੰਦ ਕਰਕੇ ਘਰ ਆ ਜਾਂਦੇ ਹੋ? ਹੈਂਜੀ, ਹੱਟੀ ਬੰਦ ਕਰਕੇ ਘਰ ਆ ਜਾਂਦੇ ਹੋ? ਨਹੀਂ, ਹੋਰ ਖਬਰੇ ਹੋਰ ਕੋਈ ਗਾਹਕ ਆ ਜਾਵੇ, ਹੋਰ ਗਾਹਕ ਆ ਜਾਵੇ, ਬੋਨਸ ਲੱਗ ਜਾਵੇ। ਉਹ ਏਦਾਂ ਹੀ ਸਾਧ ਸੰਗਤ ਜੀ, ਦਸਵੰਦ ਤਾਂ ਮਿਨੀਮਮ ਹੈ, ਦਸਵੰਦ ਤਾਂ ਮਿਨੀਮਮ ਹੈ, ਦਸਵੰਦ ਤੋਂ ਉੱਪਰ ਜੋ ਦੇਗਾ ਬਖਸ਼ਿਸ਼ ਦੇ ਖਾਤੇ, ਬਖਸ਼ਿਸ਼ ਦੀਆਂ ਰਹਿਮਤਾਂ ਤੇਰੇ ਤੇ ਖੁੱਲਣਗੀਆਂ। ਆਖੋ ਸਤਨਾਮ। ਸੰਗਤ ਜੀ ਬੁਰਾ ਨਾ ਮੰਨਣਾ, ਕਈਆਂ ਨੂੰ ਤਾਂ ਦਸਵੰਦ ਕੱਢਣਾ ਔਖਾ ਲੱਗਦਾ ਹੈ, ਕਈਆਂ ਨੂੰ ਦਸਵੰਦ ਕੱਢਣਾ ਔਖਾ ਲੱਗਦਾ, ਤੇ ਕਈ ਗੁਰੂ ਕੇ ਐਸੇ ਪਿਆਰੇ ਲਾਲ ਨੇ ਜਿਨ੍ਹਾਂ ਨੇ ਆਪਣੇ ਕਾਰੋਬਾਰ ਦੇ ਵਿੱਚ ਗੁਰੂ ਨੂੰ ਹਿੱਸੇਦਾਰ ਬਣਾਇਆ ਹੋਇਆ, ਹਿੱਸੇਦਾਰ, ਕੋਈ 20% ਦਾ, ਕੋਈ 25% ਦਾ, ਕੋਈ 30% ਦਾ, ਕਿ ਸੱਚਿਆ ਪਾਤਸ਼ਾਹ ਆ 30 ਤੇਰੇ 70 ਮੇਰੇ, 25 ਤੇਰੇ 75 ਮੇਰੇ, 20 ਤੇਰੇ ਸੱਚੇ ਪਾਤਸ਼ਾਹ 80 ਮੇਰੇ। ਤੇ ਜਿਸ ਕਾਰੋਬਾਰ ਦੇ ਵਿੱਚ, ਜਿਸ ਕੰਮ ਦੇ ਵਿੱਚ ਗੁਰੂ ਦੀ ਹਿੱਸੇਦਾਰੀ ਹੋ ਗਈ, ਉਹ ਮੈਨੂੰ ਦੱਸੋ ਜਿਹੜੇ ਬਿਜ਼ਨਸ 'ਚ ਗੁਰੂ ਪਾਰਟਨਰ ਬਣ ਗਿਆ, ਉਹ ਬਿਜ਼ਨਸ ਕੋਈ ਇੱਥੇ ਰਹਿ ਗਿਆ? ਗੁਰੂ ਨੂੰ ਫਿਕਰ ਪਏਗੀ ਆਪਣੇ ਦਸਵੰਦ ਦੀ? ਆਖੋ ਸਤਨਾਮ। ਗੁਰੂ ਨੂੰ ਫਿਕਰ ਪਏਗੀ, ਤੇ ਗੁਰੂ ਦਾ 20 ਜੇ ਵਧੇਗਾ, ਗੁਰੂ ਦਾ 25 ਵਧੇਗਾ, ਤੇਰੇ 75 ਨੂੰ ਵੀ ਤਾਂ ਭਾਗ ਲੱਗਣਗੇ, ਲੱਗਣਗੇ ਨਾ। ਦਿੱਲੀ 'ਚ ਸਾਧਕ ਕਈ ਐਸੇ ਗੁਰੂ ਕੇ ਲਾਲ, ਕਈ ਐਸੇ ਸੰਗਤ ਦੇ ਵਿੱਚ 25-25% ਦੀ ਭਾਈਵਾਲ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਣਾਇਆ ਹੋਇਆ। ਆਖੋ ਸਤਨਾਮ। ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣੇ ਵਪਾਰ 'ਚ 25% ਮਹੀਨੇ ਬਾਅਦ ਹਿਸਾਬ ਕੱਢਦੇ ਨੇ, ਆਹ ਪ੍ਰੋਫਿਟ ਹੋਇਆ, 75 ਆਪਣੇ ਲਈ ਰੱਖ ਲਿਆ, 25 ਦਾ ਇੱਕ ਡੱਬਾ ਲਾਇਆ ਹੋਇਆ, ਬੈਗ ਲਾਇਆ, 25 ਦਾ ਉਹਦੇ 'ਚ ਪਾ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਦਾ। ਫਿਰ ਜਿੱਥੇ ਲੋੜ ਹੁੰਦੀ ਲੈ ਸਕਦਾ ਹੈ, ਲੈ ਸਕਦਾ ਹੈ ਕਿਸੇ ਕਾ ਰੋਣਾ ਲੈ, ਦੇ ਸਕਦਾ ਹੈ ਕਿਸੇ ਕੋ ਖੁਸ਼ੀ ਦੇ। ਆ ਸਰੀਰ ਮਿਲਿਆ ਹੀ, ਇਹ ਬਰੀਆ ਮਿਲੀ, ਇਹ ਦੇਈ ਮਿਲੀ ਆ, ਉਹ ਸਜਣਾ ਨੇਕੀਆਂ ਖੱਟ ਕੇ ਜਾ, ਖੁਸ਼ੀਆਂ ਖੱਟ ਕੇ ਜਾ, ਬਟੋਰ ਕੇ ਜਾ, ਬਟੋਰ ਕੇ ਜਾ, ਲੋਕਾਂ ਦੀਆਂ ਅਸੀਸਾਂ ਲੁੱਟ ਕੇ ਜਾ, ਲੁੱਟਿਆ ਕਰੋ ਅਸੀਸਾਂ ਲੋਕਾਂ ਦੀਆਂ, ਲੁੱਟਿਆ ਕਰੋ ਸਾਧ ਸੰਗਤ ਲੋਕਾਂ ਦੀਆਂ ਖੁਸ਼ੀਆਂ, ਲੁੱਟਿਆ ਕਰੋ, ਇਕੱਠੀਆਂ ਕਰਿਆ ਕਰੋ। ਇਹੀ ਤਾਂ ਸਾਹਿਬ ਕਹਿੰਦੇ ਨੇ ਮੇਰੇ ਬੱਚਿਆ, ਜ਼ਿੰਦਗੀ 'ਚ ਬੜੇ ਅਵਸਰ ਤੈਨੂੰ ਮੈਂ ਦਿਆਂਗਾ ਸ਼ੁਭ ਕਰਮ ਖੱਟਣ ਦੇ, ਉਹ ਦੇਖੀ ਛੱਡੀ ਨਾ, ਹਰ ਅਵਸਰ ਨੂੰ ਇਨਕੈਸ਼ ਕਰਦਾ ਜਾਈ, ਹਰ ਅਵਸਰ ਨੂੰ ਇੱਦਾਂ ਬਖਸ਼ਿਸ਼ ਦੇ ਖਾਤੇ 'ਚੋਂ ਇਨਕੈਸ਼ ਕਰੀ ਉਹਨੂੰ, ਕਿ ਗੁਰੂ ਕਹਿਣ ਵਾਹ ਮੇਰੇ ਬੱਚਿਆ ਤੈਨੂੰ ਮੌਕਾ ਦਿੱਤਾ ਸੀ ਤੂੰ ਸੰਭਾਲ ਲਿਆ। ਕੋ ਸਤਨਾਮ। ਮੌਕਾ ਦਿੱਤਾ ਸੀ ਸੰਭਾਲ ਲਿਆ। ਸ਼ੁਭ ਕਰ ਮਨ ਤੇ ਕਬ ਹੋ ਨਾ ਡਰੋ, ਸ਼ੁਭ ਕਰ ਮਨ ਤੇ ਕਬ ਹੋ ਨਾ ਡਰੋ, ਸ਼ੁਭ
कर मन ते कब हो ना डरो, शुभ कर मन ते कब हो ना डरो, शुभ कर मन ते कब हो ना डरो, शुभ कर मन ते कब हो ना डरो, सिर ते हाथ रख के सेवा ली अज शुभ कर्म दे विचों शुभ काम दे विचों ए शुभ काम जिहड़ा दसवंध दा जो सिख लई कंपलसरी है सवासां दा दसवंध और माया दा ये दो दीवाना साहिब ने सेवा ली हुण अगले दीवान दे विच नवे शुभ कर्म दे नाल गुरु बाबा जी सिर ते हाथ रख सेवा लैण कई वारी संगतां दास नूं इह कहिंदी कि इन्हों दीवाना दे विच्चों बहुत कुछ सीखण नूं मिलदा है तो मैं सच कहां अगों मैं जवाब देना मैं क्या मैनूं इह तां नहीं पता तुहानूं सीखण नूं कुछ मिलदा है कि नहीं मैनूं बहुत कुछ सीखण नूं मिलदा है जी आपो सतनाम मैनूं बहुत कुछ सीखण नूं मिलदा है हुण इह नहीं पता अगला विशा किहड़ा होएगा किहड़ा शुभ कर्म देखो अनेक शुभ कर्म ने गुरु ग्रंथ साहिब महाराज बड़े शुभ कर्मां बारे साहिब ने कहा आह करना आह करना हुण पता नहीं अगला किहड़ा शुभ कर्म गुरु बाबा जी अगले हफ्ते गुरु साहब सांझ करवांदे ने तुहाडा तां मैनूं नहीं पता कि तुहानूं इन्हां दीवाना चों लाभ है कि नहीं पर साध संगत दास गरीब नूं बड़ा लाभ मिलदा क्योंकि जदों दीवान विच लाणा है पहले खोज करनी लभना देखना समझना फिर कई वारी डूंघाई च जाईदा देखीदा आ गुण जो बोलण लगे साडे च है नहीं है तो किन्ना है नहीं है तो फिर फरियाद करिए सचे पातशाह फिर मन चरणा च जदों सतगुरु जी के चरणा से जदों असं बहने हूँ इदा तो थोड़े न लगते हैं फिर मैं भी अपनी अरजोई कर दिया करना सचे पातशाह आ संगत की फरियाद ही संगत ने प्रताप सदका मेरे गरीब का भी बेड़ा बन्ने ला दे आखो सतनाम गुरु मेहर करन अगले हफ्ते फिर इसी तरह ही अपनी गोदी का निग दे के साहब अपने बख्शिश के खाते खोल के सानू फिर किसी नवे शुभ कर्म के नाल गंढन राह पा के सचे पातशाह आ जीवन सफला करन जी आओ सारे कृपा करो जी पंगदियां पढ़िए करिए जी समाप्ति सारे कृपा करो कोई रसनावा जी नारे बोले शुभ कर मन ते तब हो ना डरो शुभ कर मन ते तब हो ना डरो शिवा मर मोहे है देवा पर मोहे है शुभ कर मन ते कब हो ना डरो 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 सत श्री अकाल।